ਸਾਰੇ ਵਿਦਿਆਰਥੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਇਸ ਜਮਾਤ ਵਿੱਚ ਜਿਸ ਵਿੱਚ ਆਪਾਂ ਪੜ੍ਹ ਰਹੇ ਸੀ ਸੰਤ ਰਾਮ ਉਦਾਸੀ ਜੀ ਬਾਰੇ ਸੋ ਪਿਛਲੀ ਜਮਾਤ ਸੀ ਜਿਹੜੀ ਉਹਦੇ ਵਿੱਚ ਆਪਾਂ ਸੰਤ ਰਾਮ ਉਦਾਸੀ ਜੀ ਦੀ ਇੱਕ ਕਵਿਤਾ ਜਿਹੜੀ ਉਹ ਆਪਾਂ ਪੜ੍ਹ ਚੁੱਕੇ ਆ ਜਿਹਦੇ ਜਿਹਦਾ ਸਰਲੇਖ ਚੂੜੀਆਂ ਦਾ ਹੋਕਾ ਸੋ ਅਗਲੀ ਜਿਹੜੀ ਜਮਾਤ ਆਪਣੀ ਇਹ ਜਮਾਤ ਹੈ ਜਿਹੜੀ ਇਹਦੇ ਵਿੱਚ ਆਪਾਂ ਅਗਲੀ ਜਿਹੜੀ ਕਵਿਤਾ ਉਹਨਾਂ ਦੀ ਜਿਹਦਾ ਸਰਲੇਖ ਹੈ ਜੀ ਸੀਰੀ ਤੇ ਜੱਟ ਦੀ ਸਾਂਝੀ ਵਿੱਥਿਆ ਦੇ ਨਾਮ ਸੋ ਇਹ ਕਵਿਤਾ ਜਿਹੜੀ ਸੀਰੀ ਤੇ ਜੱਟ ਦੀ ਸਾਂਝੀ ਵਿੱਥਿਆ ਦੇ ਨਾਮ ਹੈ ਜੀ ਇਸ ਇਹ ਜਿਹੜੀ ਕਵਿਤਾ ਹੈ ਇਹਦੇ ਵਿੱਚ ਸੀਰੀ ਤੇ ਜੱਟ ਦੀ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਸ ਨੂੰ ਇਸ ਕਵਿਤਾ ਦੇ ਵਿੱਚ ਦਰਸਾਇਆ ਗਿਆ ਜੀ ਸੀਰੀ ਜਿਹੜਾ ਇੱਕ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕਿਸਾਨ ਨੇ ਜਿਹੜਾ ਕੰਮਾਂ ਰੱਖਿਆ ਹੁੰਦਾ ਹੈ ਕੰਮ ਉਸ ਨੂੰ ਕਿਹਾ ਜਾਂਦਾ ਹੈ ਸੀਰੀ ਸੋ ਕੰਮ ਰੱਖਿਆ ਹੋਇਆ ਜੀ ਕੰਮ ਮਜ਼ਦੂਰ ਕਹਿੰਨੋ ਜਿਸ ਨੂੰ ਮਜ਼ਦੂਰ ਕਹਿ ਦਿੰਦੇ ਆ ਉਹਨਾਂ ਦੀ ਸਾਂਝੀ ਵਿਥਿਆ ਉਹਨਾਂ ਦੀ ਜਿਹੜੀ ਕਹਾਣੀ ਸਾਂਝੀ ਹੈ ਜਿਹੜੀ ਸਾਂਝੀ ਕਹਾਣੀ ਉਹਨਾਂ ਦੀ ਵਿਥਿਆ ਉਹਦੇ ਨਾਲ ਇਹ ਕਵਿਤਾ ਹੈ ਜੀ ਸੰਤਰਾਮ ਉਦਾਸੀ ਜੀ ਦੀ ਕਵਿਤਾ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਸੋ ਸਭ ਤੋਂ ਪਹਿਲਾਂ ਇਹ ਪੂਰੀ ਕਵਿਤਾ ਨੂੰ ਮੈਂ ਪੜ੍ਹਦਾ ਵਾਚਨ ਕਰਦਾ ਤੁਸੀਂ ਧਿਆਨ ਨਾਲ ਸੁਣੋ ਸਭ ਤੋਂ ਪਹਿਲਾਂ ਕਵੀ ਕੀ ਕਹਿ ਰਿਹਾ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਟੂੜੀ ਵਿੱਚੋਂ ਪੁੱਤ ਜੱਗਿਆ ਸਾਡੇ ਪੇੜ ਵਿੱਚ ਤੇਰੇ ਗੱਲ ਚੀਥੜੇ ਨਹੀਂ ਮੇਰੀਏ ਜਵਾਨ ਕਣਕੇ ਕੱਲ ਸ਼ਾਹ ਦੇ ਗੋਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਪੀ ਬਣ ਕੇ ਆਗਮਾਂ ਦਾ ਗੁਮੰਤਰੀ ਮੇਰੇ ਬੇਜ਼ੁਬਾਨ ਟੱਗਿਆ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਸਾਡਾ ਕੁੱਟੀ-ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਕੀ ਹੱਡ ਖਾਰ ਕੇ ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ ਬੋਲ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜਾ ਨਾ ਮਾਰਿਆ ਕਿ ਸਦਰਾਂ ਨੂੰ ਲਾਂਬੂ ਲੱਗਿਆ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾ ਵਿੱਚੋਂ ਨੀਰ ਵਗਿਆ ਇਹ ਕਿਹੜੇ ਨੀ ਪੜੋਲੇ ਵਿੱਚ ਡੱਕਲਾ ਮੈਂ ਤੇਰੀਆਂ ਜਵਾਨ ਸਦਰਾ ਵੱਡ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹਾਂ ਸਾਡੀਆਂ ਸਮਾਜੀ ਕਦਰਾਂ ਧੀਏ ਕਿਹੜੇ ਨਜ਼ੂਮੀਆਂ ਨੂੰ ਪੁੱਛਲਾ ਕਿਉ ਚੰਨ ਨੂੰ ਸਰਾਪ ਲੱਗਿਆ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਸੁੱਕੇ ਜਾਣ ਦਾ ਬੋਲਾਂ ਦਾ ਮਾਰ ਮਗਰਾ ਜੋ ਮਾਰਦੇ ਨਹੀਂ ਜਾਂਦੇ ਚੰਗਰਾ ਅੱਜ ਝਖੜਾ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ 'ਚ ਬਰੂਦ ਵੰਗਰਾ ਹੁਣ ਸਾਡੇ ਆਹੀ ਹੱਥਾਂ ਨੇ ਹੈ ਚੋਬੜਾ ਜੋ ਮਿਹਨਤਾਂ ਨੂੰ ਮਾਖੂ ਲੱਗਿਆ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾ ਵਿੱਚੋਂ ਨੀਰ ਵਗਿਆ ਸੋ ਇੱਕ ਜੱਟ ਹੈ ਜਿਹੜਾ ਕਿਸਾਨ ਹੈ ਜਿਹੜਾ ਖੇਤੀ ਕਰਨ ਵਾਲਾ ਜਿਹੜਾ ਉਸ ਦੀ ਇੱਕ ਵਿਥਿਆ ਉਸ ਦੀ ਗਰੀਬੀ ਤੇ ਕੰਗਾਲੀ ਨੂੰ ਬਿਆਨ ਕਰਦੀ ਹੈ ਇਹ ਕਵਤਾ ਇਸ ਇਹਦੇ ਵਿੱਚ ਕਿਹੜੀ ਭਾਵਨਾ ਹੈ ਇੱਕ ਕਿਸਾਨ ਦੀ ਗਰੀਬੀ ਤੇ ਕੰਗਾਲੀ ਨੂੰ ਇਸ ਕਵਿਤਾ ਦੇ ਵਿੱਚ ਉਸ ਦੀ ਵਿਥਿਆ ਜਿਹੜੀ ਗਰੀਬੀ ਵਾਲੀ ਵਿਥਿਆ ਨੂੰ ਦਰਸਾਇਆ ਗਿਆ ਜੋ ਆਪਣੇ ਸੀਰੀ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਰਿਹਾ ਹੈ ਜੋ ਆਪਣੇ ਕੰਮੇ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰ ਰਿਹਾ ਹੈ ਇਸ ਕਵਿਤਾ ਦੇ ਵਿੱਚ ਤੁਸੀਂ ਆ ਗੱਲਾਂ ਯਾਦ ਰੱਖਣੀਆਂ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ ਕਿਸਾਨ ਹੈ ਜਿਹੜਾ ਉਹ ਆਪਣੇ ਕੰਮੇ ਆਪਣੇ ਨਾਲ ਜਿਹੜਾ ਮਜ਼ਦੂਰ ਕੰਮ ਕਰਦਾ ਹੈ ਉਸਦੇ ਗਲ ਲੱਗ ਕੇ ਰੋ ਰਿਹਾ ਬੋਲਾ ਵਿੱਚੋਂ ਨੀਰ ਵਗਿਆ ਬੋਲ ਬੋਲ ਤੋਂ ਭਾਵ ਹੁੰਦਾ ਕਣਕ ਦਾ ਢੇਰ ਕਣਕ ਦਾ ਢੇਰ ਬੋਹਲ ਕਿਸ ਨੂੰ ਕਿਹਾ ਜਾਂਦਾ ਹੈ ਕਣਕ ਦੇ ਢੇਰ ਨੂੰ ਬੋਲਾ ਵਿੱਚੋਂ ਨੀਰ ਵਗਿਆ ਜਿਵੇਂ ਖੇਤਾਂ ਦੇ ਵਿੱਚ ਕਣਕ ਦਾ ਢੇਰ ਲਗਾ ਕੇ ਰੱਖਿਆ ਹੋਵੇ ਤੇ ਬਰਸਾਤ ਹੋ ਜੇ ਤੇ ਉਹਦੇ ਵਿੱਚੋਂ ਨੀਰ ਭਾਵ ਪਾਣੀ ਵਗੇਗਾ ਨਾ ਫਿਰ ਉਹ ਉਹ ਜਿਹੜੇ ਢੇਰ ਦੇ ਵਿੱਚੋਂ ਜੋ ਬੋਲਾ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋੜੀਏ ਤੂੜੀ ਵਿੱਚੋਂ ਪੁੱਤ ਜੱਗਿਆ ਉਸ ਸੀਰੀ ਨੂੰ ਉਸ ਕੰਮੇ ਨੂੰ ਕਹਿ ਰਿਹਾ ਕਿਸਾਨ ਕਿ ਪੁੱਤ ਜੱਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋੜੀਏ ਤੰਗਲੀ ਇੱਕ ਹੁੰਦਾ ਹੈ ਨਾ ਸਾਧਨ ਇੱਕ ਹੁੰਦਾ ਹੈ ਮਤਲਬ ਖੇਤੀਬਾੜੀ ਕਰਨ ਦੇ ਵਿੱਚ ਤੂੜੀ ਵਗੈਰਾ ਨੂੰ ਫਰੋਲਣ ਦੇ ਕੰਮ ਆਉਂਦਾ ਹੈ ਉਹ ਤੰਗਲੀ ਜਿਹੜੀ ਹੁੰਦੀ ਹੈ ਕਹਿੰਦਾ ਲਿਆ ਉਹ ਉਹਦੇ ਨਾਲ ਆਪਾਂ ਆਪਣੇ ਨਸੀਬ ਫਰੋੜੀਏ ਭਾਵ ਕਣਕ ਦੇ ਦਾਣੇ ਕਿੰਨੇ ਕ ਬੱਚੇ ਆਪਣੇ ਵਾਸਤੇ ਸਾਰੇ ਖਰਾਬ ਹੋ ਗਏ ਕਿ ਵੇ ਸਾਰੇ ਖਰਾਬ ਹੋ ਗਏ ਜਾਂ ਕੋਈ ਬਚਿਆ ਵੀ ਆਪਣੇ ਨਸੀਬਾ ਦੇ ਵਿੱਚ ਨਸੀਬ ਹੈ ਨਾ ਜਿਹੜੇ ਜਿਹੜੇ ਮਤਲਬ ਖੇਤੀਬਾੜੀ ਹੈ ਜਿਹੜੀ ਫਸਲ ਹੁੰਦੀ ਹੈ ਉਹ ਇੱਕ ਕਿਸਾਨ ਦਾ ਨਸੀਬ ਹੈ ਉਹ ਇੱਕ ਕਿਸਾਨ ਦੀ ਕਿਸਮਤ ਹੈ ਉਸੇ ਨੇ ਕਿਸਾਨ ਦੀ ਕਿਸਮਤ ਲਿਖਣੀ ਹੈ ਤੇ ਜੇ ਉਹ ਫਸਲ ਹੈ ਜਿਹੜੀ ਉਹ ਬਰਸਾਤ ਹੋ ਗਈ ਜੇ ਤਾਂ ਉਹ ਜਿਹੜੀ ਸਾਰੀ ਜਿਹੜੀ ਫਸਲ ਹੈ ਉਸ ਦੀ ਵਿਚਾਰੇ ਦੀ ਖੇਤ ਦੇ ਵਿੱਚ ਹੀ ਖਰਾਬ ਹੋ ਗਈ ਤਾਂ ਹੋ ਗਿਆ ਨਾ ਭੜੇ ਨਸੀਬਾਂ ਵਾਲਾ ਮਾੜੀ ਕਿਸਮਤ ਵਾਲਾ ਕਹਿੰਦਾ ਲਿਆ ਤੰਗਲੀ ਨਸੀਬਾ ਨੂੰ ਫਰੋੜੀਏ ਟੂੜੀ ਵਿੱਚੋਂ ਪੁੱਤ ਜੱਗਿਆ ਬਈ ਲਿਆ ਆਪਾਂ ਉਹ ਕਲਕ ਦੇ ਢੇਰ ਨੂੰ ਫਰੋੜੀਏ ਆਪਣੇ ਨਸੀਬ ਐ ਉਹ ਉਸ ਕੋ ਆਪਣੀ ਕਿਸਮਤ ਐ ਉਹ ਬਈ ਕਿੰਨੇ ਕ ਬਚਿਆ ਸਾਡੇ ਪਿੰਡ ਵਿੱਚ ਤੇਰੀ ਗੱਲ ਚੀਥੜੇ ਨਹੀਂ ਮੇਰੀਏ ਜਵਾਨ ਕਣਕੇ ਕਣਕ ਨੂੰ ਸੰਬੋਧਨ ਕਰ ਰਿਹਾ ਕਵੀ ਕੱਲ ਸ਼ਾਹ ਦੇ ਗੁਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਕਿਰਸਾਨ ਕੀ ਕਹਿੰਦਾ ਸਾਡੇ ਪਿੰਡ ਵਿੱਚ ਤੇਰੇ ਗੱਲ ਚੀਥੜੇ ਨਹੀਂ ਪਿੰਡ ਤੋਂ ਭਾਵ ਹੁੰਦਾ ਉਹ ਥਾਂ ਜਿੱਥੇ ਕਣਕ ਇਕੱਠੀ ਕੀਤੀ ਜਾਂਦੀ ਹੈ ਕਣਕ ਉਗਾਹੀ ਜਾਂਦੀ ਹੈ ਜਿੱਥੇ ਕਣਕ ਨੂੰ ਇਕੱਠੀ ਕਰਕੇ ਢੇਰ ਲਗਾਇਆ ਜਾਂਦਾ ਹੈ ਕਣਕ ਇਕੱਠੀ ਕੀਤੀ ਜਾਂਦੀ ਹੈ ਜਿੱਥੇ ਇਹਨਾ ਲਿਖ ਦੇਣਾ ਯਾਦ ਰਹਿ ਜਾਊਗਾ ਤੁਹਾਨੂੰ ਉਹ ਥਾਂ ਜਿੱਥੇ ਕਣਕ ਇਕੱਠੀ ਕੀਤੀ ਜਾਂਦੀ ਹੈ ਪੇੜ ਸਾਡੇ ਪੇੜ ਵਿੱਚ ਤੇਰੇ ਗੜ ਚੀਥੜੇ ਨਹੀਂ ਚੀਥੜੇ ਤੋਂ ਭਾਵ ਹੁੰਦਾ ਹੈ ਗਰੀਬੀ ਦਾ ਭਾਵ ਹੈ ਚੀਥੜੇ ਫਟੇ ਪ੍ਰਾਣੇ ਕਹਿ ਲੋ ਤੁਸੀਂ ਗਰੀਬੀ ਦੇ ਭਾਵ ਦੀ ਗੱਲ ਕੀਤੀ ਐ ਗਰੀਬੀ ਦਾ ਭਾਵ ਐ ਮੇਰੀਏ ਜਵਾਨ ਕਣਕੇ ਕਵੀ ਆਪਣੀ ਕਣਕ ਨੂੰ ਇਹਦੇ ਵਿੱਚ ਕਿਰਸਾਣ ਐ ਜਿਹੜਾ ਆਪਣੀ ਕਣਕ ਨੂੰ ਸੰਬੋਧਨ ਕਰਦਾ ਹੈ हे ਮੇਰੀਏ ਜਵਾਨ ਕਣਕੇ ਜਿਹੜਾ ਮੇਰਾ ਪੇੜ ਐ ਮਤਲਬ ਮੇਰੇ ਖੇਤ ਦੀ ਜਿਹੜੀ ਥਾਂ ਐ ਜਿੱਥੇ ਤੈਨੂੰ ਉਗਰਾ ਕੇ ਇਕੱਠੀ ਕੀਤਾ ਗਿਆ ਹੈ ਉੱਥੇ ਕੀ ਐ ਤੇਰੇ ਘੜ ਦੇ ਵਿੱਚ ਚੀਥੜੇ ਨਹੀਂ ਉੱਥੇ ਤੂੰ ਗਰੀਬੀ ਦੇ ਭਾਵ ਵਿੱਚ ਐ ਮਤਲਬ ਇੱਥੇ ਕੀ ਹੈ ਇੱਥੇ ਕਣਕ ਦਾ ਮੁੱਲ ਕਹਿਣ ਦਾ ਭਾਵ ਕਣਕ ਦੇ ਮੁੱਲ ਦੀ ਗੱਲ ਕੀਤੀ ਹੈ ਅੱਗੇ ਹੋਰ ਪੜਦੇ ਆ ਫਿਰ ਪੂਰਾ ਕਲੀਅਰ ਹੋਊਗਾ ਕਲ ਸ਼ਾਹ ਤੇ ਕੁਦਾਮਾ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਸ਼ਾਹ ਤੋਂ ਭਾਵ ਸਹਾੂਕਾਰ ਸ਼ਾਹ ਤੋਂ ਭਾਵ ਹੈ ਜੀ ਸਹਾੂਕਾਰ ਕਲ ਸ਼ਾਹ ਤੇ ਕੁਦਾਮਾ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਕਿਰਸਾਨ ਜਦੋਂ ਆਪਣੀ ਫਸਲ ਵੇਚਣ ਜਾਂਦਾ ਉਦੋਂ ਉਸ ਨੂੰ ਪੂਰਾ ਮੁੱਲ ਨਹੀਂ ਮਿਲਦਾ ਤੇ ਉਹ ਜਦੋਂ ਹੀ ਜਿਹੜੇ ਵਪਾਰੀ ਲੋਕ ਜਿਹੜੇ ਖਰੀਦੇ ਆ ਸਾਊਕਾਰ ਲੋਕ ਆ ਜਿਹੜੇ ਉਹ ਉਸ ਨੂੰ ਸੋਨੇ ਦੇ ਭਾਅ ਵਿੱਚ ਦੇ ਆ ਸੋਨੇ ਦਾ ਪਟੋਲਾ ਬਣ ਕੇ ਸਮਝ ਗਏ ਨਾ ਗੱਲ ਨੂੰ ਆ ਪੂਰੀ 4 17 ਜਿਹੜੀਆਂ ਇਹਨਾਂ ਦਾ ਜੇ ਅਰਥ ਲਿਖਣਾ ਹੋਵੇ ਜੇ ਤੁਸੀਂ ਭਾਵਰਤ ਸਮਝਣਾ ਹੋਵੇ ਤਾਂ ਇਹ ਦੋ ਲਾਈਨਾਂ ਦੇ ਵਿੱਚ ਇਹ ਗੱਲ ਕਵੀ ਨੇ ਕਿੱਡੇ ਸ਼ਾਨਦਾਰ ਤਰੀਕੇ ਨਾਲ ਗੱਲ ਦੱਸੀ ਆ ਅਸੀਂ ਕਿਵੇਂ ਦੇਖੋ ਕਿਵੇਂ ਕੀ ਕਹਿੰਦਾ ਕਵੀ ਕਹਿੰਦਾ ਕਿ ਜਦੋਂ ਉਹ ਇੱਕ ਜੜੀ ਫਸਲ ਹੈ ਉਹ ਜਦੋਂ ਕਿਸਾਨ ਦੇ ਖੇਤ ਵਿੱਚ ਹੁੰਦੀ ਹੈ ਜਦੋਂ ਉਸ ਨੂੰ ਖੇਤ ਚੋਂ ਟਰਾਲੀਆਂ ਦੇ ਵਿੱਚ ਭਰ ਕੇ ਜਦੋਂ ਉਹ ਲੈ ਜਾਂਦਾ ਗੋਦਾਮਾਂ ਚ ਤਾਂ ਉਸ ਨੂੰ ਜਿਹੜਾ ਉਸ ਦਾ ਮੁੱਲ ਰੇਟ ਹੈ ਜਿਹੜਾ ਬਹੁਤ ਥੋੜਾ ਮਿਲਦਾ ਉਸ ਨੂੰ ਤੇ ਉਹੀ ਮਤਲਬ ਜਦੋਂ ਉਹ ਉਹ ਉਸੇ ਨੂੰ ਹੀ ਜਦੋਂ ਕਣਕ ਨੂੰ ਜਦੋਂ ਸ਼ਾਹੂਕਾਰ ਵੇਚਦੇ ਆ ਤਾਂ ਉਹ ਉਸ ਨੂੰ ਉਹ ਜਿਹੜੀ ਕਣਕ ਹੈ ਸੋਨੇ ਦੇ ਭਾਅ ਵੇਚਦੀ ਹੈ ਸੋਨੇ ਦਾ ਪਟੋਲਾ ਬਣ ਕੇ ਸਾਡੇ ਪਿਰਡ ਵਿੱਚ ਤੇਰੇ ਗੱਲ ਚੀਥੜੇ ਨਹੀਂ ਮੇਰੀਏ ਜਵਾਨ ਕਣਕੇ ਕੱਲ ਸ਼ਾਹ ਦੇ ਕੁਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂਪੀ ਬਣ ਕੇ ਆਗਮਾ ਦਾ ਗੁਮੰਤਰੀ ਉਹ ਮੇਰੇ ਬੇਜ਼ੁਬਾਨ ਟੱਗਿਆ ਸੋ ਇਹ ਇਹ ਜਿਹੜੀਆਂ ਦੋ ਸਤਰ ਹੈ ਇਹਦੇ ਵਿੱਚ ਕਵੀ ਨੇ ਆਪਣੇ ਇਸ ਇਹ ਇਹ ਜਿਹੜਾ ਜਿਹੜਾ ਕਿਰਸਾਨ ਹੈ ਉਹਨੇ ਆਪਣੇ ਬਲਦ ਨੂੰ ਸੰਬੋਧਨ ਕੀਤਾ ਹੈ ਬਲਦ ਨੂੰ ਸੰਬੋਧਨ ਕੀਤਾ ਉਹਨੂੰ ਕਿਹਾ ਵੀ ਤੂੰ ਵੀ ਬਣ ਗਿਆ ਗਮਾ ਦਾ ਗੁਮੰਤਰੀ ਗੁਮੰਤਰੀ ਦਾ ਮਤਲਬ ਹੁੰਦਾ گاਉਣ ਵਾਲਾ گاਉਣ ਵਾਲਾ ਜਿਹੜਾ ਹੁੰਦਾ ਹੈ گاਉਣ ਵਾਲਾ ਤੂੰ ਵੀ ਗਮ ਬਣ ਗਿਆ ਗਮਾ ਦਾ ਗੁਮੰਤਰੀ ਵੀ ਤੂੰ ਵੀ ਗਮਾ ਦਾ ਗੁਮੰਤਰੀ ਬਣ ਗਿਆ ਗਾਮ ਨੂੰ ਆਪਣੇ ਅੰਦਰ ਲਕੋ ਲਿਆ ਤੂੰ ਵੀ ਆਪਣੇ ਤੂੰ ਵੀ ਆ ਉਹ ਕਿਵੇਂ ਮਤਲਬ ਕੀ ਹੋਇਆ ਵੀ ਕਿ ਰਸਾੜ ਜਿਹੜਾ ਉਹ ਵੀ ਗਮੀ ਦੇ ਵਿੱਚ ਆ ਦੁਖੀ ਦੇ ਵਿੱਚ ਉਹਨੂੰ ਵੇਖ ਕੇ ਦੁੱਖ ਦੇ ਕਾਰਨ ਉਹਨੂੰ ਵੇਖ ਕੇ ਜਿਹੜਾ ਉਸ ਦਾ ਬਲਦ ਵੀ ਆ ਜਿਹੜਾ ਜਿਸ ਦੇ ਨਾਲ ਉਹ ਵਾਹੀ ਦਾ ਕੰਮ ਕਰਦਾ ਹੈ ਉਹ ਬਲਦ ਵੀ ਦੁਖੀ ਹੈ ਉਸ ਦੇ ਦੁੱਖ ਵਿੱਚ ਦੁਖੀ ਹੈ ਤੂਪੀ ਬਣ ਗਿਆ ਗਮਾਂ ਦਾ ਮੰਤਰੀ ਉਹ ਮੇਰੇ ਬੇਜ਼ੁਬਾਨ ਟੱਗਾ ਟੱਗਾ ਹੁੰਦਾ ਪਸ਼ੂ ਜਿਹੜਾ ਟੱਗਾ ਪਸ਼ੂ ਬਲਦ ਨੂੰ ਕਿਹਾ ਗਿਆ ਹੈ ਤੂਪੀ ਬਣ ਗਿਆ ਗਮਾ ਦਾ ਗ ਮੰਤਰੀ ਉਹ ਮੇਰੇ ਬੇਜ਼ੁਬਾਨ ਟੱਗ ਗਿਆ ਮੇਰੇ ਬੇਜ਼ੁਬਾਨ ਪਸ਼ੂ ਏ ਮੇਰੇ ਬੇਜ਼ੁਬਾਨ ਬਲਦ ਤੂੰ ਵੀ ਗਮਾ ਦਾ ਗ ਮੰਤਰੀ ਬਣ ਗਿਆ ਭਾਬ ਹੁਣ ਤੇਰੇ ਵਿੱਚੋਂ ਵੀ ਗਮ ਨਜ਼ਰ ਆ ਰਿਹਾ ਹੈ ਗੱਲ ਲੱਗ ਕੇ ਸਿਰੀ ਦੇ ਜੱਟ ਰੋਵੇ ਸਾਡਾ ਕੁੱਟੀ-ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾੜ ਕੇ ਕੁੱਟੀ-ਕੁੱਟੀ ਖੂਨ ਤੇਲ ਪੀ ਗਿਆ ਤੇਲ ਤੇ ਖਾਦ ਦੇ ਖਰਚੇ ਦੀ ਗੱਲ ਕੀਤੀ ਹੈ ਕਵੀ ਨੇ ਕਿਰਸਾਨ ਕਹਿੰਦਾ ਵੀ ਸਾਡਾ ਕੁੱਟੀ-ਕੁੱਟੀ ਖੂਨ ਤੇਲ ਪੀ ਗਿਆ ਵੀ ਤੇਲ ਆ ਜਿਹੜਾ ਉਹ ਤਾਂ ਸਾਡਾ ਖੂਨ ਪੀ ਗਿਆ ਤੇਲ ਦਾ ਖਰਚਾ ਜਿਹੜਾ ਹੁੰਦਾ ਇਹ ਜਿਹੜਾ ਖੇਤੀਬਾੜੀ ਜਦੋਂ ਆਪਾਂ ਕਰਦੇ ਆ ਉਦੋਂ ਖਰਚੇ ਜਿਹੜੇ ਹੁੰਦੇ ਆ ਉਹ ਗਿਣਾਏ ਆ ਕਵੀ ਨੇ ਤੇ ਖਾਦ ਖਾਗੀ ਹੱਡ ਖਾਰ ਕੇ ਤੇ ਖਾਦ ਹੈ ਜਿਹੜੀ ਉਹ ਸਾਡੇ ਹੱਡਾਂ ਨੂੰ ਖਾਰ ਕੇ ਖਾ ਗਈ ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ ਬੋਲ ਲੂ ਖੰਗੂਰਾ ਮਾਰ ਕੇ ਬੈਂਕ ਦੀ ਤਕਾਵੀ ਤਕਾਵੀ ਤੋਂ ਭਾਵ ਹੁੰਦਾ ਕਿਸ਼ਤ ਤਕਾਵੀ ਤੋਂ ਪਾਵ ਕਿਸਤ ਬਹੀ ਅੰਦਰੋਂ ਬਹੀ ਖਾਤੇ ਨੂੰ ਕਿਹਾ ਜਾਂਦਾ ਉਹ ਜਿਹੜਾ ਕਰਜ਼ਾ ਜਿਹੜਾ ਹੋਇਆ ਵਾ ਕਿ ਰਸਾਣ ਦੇ ਉੱਤੇ ਉਹਦੀ ਕਿਸਤ ਜਿਹੜੀ ਉਹ ਵੀ ਆ ਚੁੱਕੀ ਹੈ ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ ਬੋਲ ਨੂੰ ਖੰਗੂਰਾ ਮਾਰ ਕੇ ਤੇ ਉਹ ਕਣਕ ਦੇ ਢੇਰ ਨੂੰ ਖੰਗੂਰਾ ਮਾਰਦੀ ਹੈ ਉਸ ਨੂੰ ਮਸ਼ਕਰੀ ਕਰਦੀ ਹੈ ਕੌਣ ਜਿਹੜੀ ਤਕਾਵੀ ਹੈ ਕਿਸਤ ਕਣਕ ਦੇ ਢੇਰ ਨੂੰ ਬੋਲ ਤੋਂ ਪਾਵ ਕਣਕ ਦਾ ਢੇਰ ਕਣਕ ਦੇ ਢੇਰ ਨੂੰ ਮਸ਼ਕਰੀ ਕਰਦੀ ਹੈ ਉਸ ਨੂੰ ਕਹਿਣ ਦਾ ਭਾਵ ਕੀ ਆ ਵੀ ਉਹ ਕਣਕ ਦੇ ਢੇਰ ਨੂੰ ਪੂਰੇ ਨੂੰ ਵੇਚ ਕੇ ਤੇ ਬੱਸ ਉਹ ਕਿਸ਼ਤੀ ਲੱਥੂ ਦੀ ਕੱਲੀ ਹੋਰ ਕੁਝ ਨਹੀਂ ਹੋਣਾ ਇਸ ਕਰਕੇ ਉਹ ਕਹਿਣ ਦਾ ਭਾਵ ਕੀ ਆ ਵੀ ਜਿਹੜੀ ਕਿਸ਼ਤ ਆ ਜਿਹੜੀ ਉਹ ਖੰਗੂਰਾ ਮਾਰਦੀ ਆ ਕਣਕ ਦੇ ਢੇਰ ਨੂੰ ਵੀ ਤੈਨੂੰ ਤਾਂ ਮੈਂ ਹੀ ਖਾ ਜਾਣਾ ਕੱਲੀ ਨੇ ਬੋਲੇ ਬੈਂਕ ਦੀ ਤਕਾਵੀ ਬਾਈ ਅੰਦਰੋਂ ਬੋੜ ਨੂੰ ਖੰਗੂਰਾ ਮਾਰ ਕੇ ਉਸ ਨੂੰ ਛੇੜਦੀ ਆ ਉਸ ਨਾਲ ਮਸ਼ਕਰੀ ਕਰਦੀ ਆ ਵੀ ਕਿਸਾਨ ਦੀ ਜਿਹੜੀ ਕਿਸ਼ਤ ਆ ਜਿਹੜੀ ਕਹਿਣ ਦਾ ਭਾਵ ਕੀ ਆ ਜਿਹੜੀ ਬੈਂਕ ਵਾਲੀ ਕਿਸ਼ਤ ਜਿਹੜੀ ਆਉਂਦੀ ਆ ਬਸ ਉਹੋ ਹੀ ਸਾਰੇ ਦਾ ਸਾਰਾ ਮਤਲਬ ਜਿਹੜੀ ਕਮਾਈ ਹੈ ਉਹ ਹੀ ਲੈ ਜਾਂਦੀ ਹੈ ਸਾਨੂੰ ਬਿਜਲੀ ਝੰਜੋੜਾਇ ਨਾ ਮਾਰਿਆ ਕਿ ਸਦਰਾਂ ਨੂੰ ਲਾਂਭੂ ਲੱਗਿਆ ਫਿਰ ਬਿਜਲੀ ਦੇ ਖਰਚੇ ਦੀ ਗੱਲ ਕੀਤੀ ਆ ਤੇਲ ਦੇ ਖਰਚੇ ਦੀ ਖਾਦ ਦੇ ਤੇ ਕਿਸ਼ਤ ਦੇ ਖਰਚੇ ਦੀ ਤੇ ਬਿਜਲੀ ਦੇ ਖਰਚੇ ਦੀ ਸਾਨੂੰ ਬਿਜਲੀ ਝੰਜੋੜਾਇ ਨਾ ਮਾਰਿਆ ਕਿ ਸਦਰਾਂ ਨੂੰ ਲਾਂਭੂ ਲੱਗਿਆ ਸਾਨੂੰ ਬਿਜਲੀ ਨੇ ਇਸ ਤਰ੍ਹਾਂ ਦਾ ਝੰਜੋੜਾਇ ਇਸ ਤਰ੍ਹਾਂ ਦਾ ਕਰੰਟ ਲਗਾਇਆ ਸਾਨੂੰ ਕਿ ਸਦਰਾਂ ਨੂੰ ਲਾਂਭੂ ਲੱਗਿਆ ਸਦਰਾਂ ਭਾਵ ਹੁੰਦੀਆਂ ਇੱਛਾਵਾਂ ਕਿ ਸਾਡੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਕਿ ਇਰਸਾਨ ਕਹਿੰਦਾ ਉਹ ਮਰ ਚੁੱਕੀਆਂ ਕਿ ਸਦਰਾਂ ਨੂੰ ਲਾਂਭੂ ਲੱਗਿਆ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਧੀਏ ਕਿਹੜੇ ਨਿਪੜੋਲੇ ਵਿੱਚ ਡੱਕਲਾਂ ਮੈਂ ਤੇਰੀਆਂ ਜਵਾਨ ਸਦਰਾਂ ਹੁਣ ਉਹ ਕਿਰਸਾਨ ਹੈ ਜਿਹੜਾ ਆਪਣੀ ਧੀ ਨੂੰ ਸੰਬੋਧਨ ਕਰਦਾ ਹੈ ਆਪਣੀ ਟੀਮ ਨੂੰ ਸੰਬੋਧਨ ਕਰਦਾ ਕਹਿੰਦਾ ਕਿਹੜੇ ਨੀ ਪਡੋਲੇ ਵਿੱਚ ਡੱਕ ਲਾ ਮੈਂ ਤੇਰੀਆਂ ਜਵਾਨ ਸਦਰਾਂ ਸਦਰਾਂ ਤੋਂ ਭਾਵ ਪਤਾ ਹੀ ਹੈ ਪਿੱਛੇ ਅਰਥ ਆ ਚੁੱਕਿਆ ਇੱਛਾਵਾਂ ਵੀ ਤੇਰੀਆਂ ਜਿਹੜੀਆਂ ਇੱਛਾਵਾਂ ਹੈ ਇਹ ਮੈਂ ਕਿਹੜੇ ਪਡੋਲੇ ਦੇ ਵਿੱਚ ਬੰਦ ਕਰ ਦਵਾ ਮਤਲਬ ਇਸ ਨੂੰ ਕਿ ਕਿਹੜੀ ਚੀਜ਼ ਨਾਲ ਟੱਕ ਦਵਾ ਵੀ ਤੇਰੀਆਂ ਇੱਛਾਵਾਂ ਦਾ ਨਜ਼ਰ ਆਉਣ ਹੁਣ ਇੱਥੇ ਕਹਿਣ ਦਾ ਭਾਵ ਕੀ ਹੈ ਕਿ ਉਹ ਜਿਹੜੀ ਕਿਰਸਾਨ ਦੀ ਜਿਹੜੀ ਬੇਟੀ ਹੈ ਉਹ ਵਿਆਹ ਦੇ ਲਾਇਕ ਹੋ ਗਈ ਹੈ ਉਸ ਦੇ ਵਿਆਹ ਦਾ ਵੀ ਖਰਚਾ ਹੁਣ ਕਿਸਾਨ ਦੇ ਸਿਰ ਤੇ ਪਵੇਗਾ ਉਹ ਵੀ ਕਰਜ਼ਾ ਹੋਏਗਾ ਤੇ ਇਹ ਕਿਹੜੇ ਨਿਪੜੋਲੇ ਵਿੱਚ ਡੱਕ ਲਾ ਮੈਂ ਤੇਰੀਆਂ ਜਵਾਨ ਸਧਰਾ ਵੱਡ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹੈ ਸਾਡੀਆਂ ਸਮਾਜੀ ਕਦਰਾਂ ਸਾਡੇ ਸਮਾਜਿਕ ਕਦਰਾਂ ਕੀਮਤਾਂ ਨਾ ਜਿਹੜੀਆਂ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਜਿਹੜੇ ਸਮਾਜ ਦੇ ਨਿਯਮ ਨੇ ਉਹਨਾਂ ਨੂੰ ਕਿਸਾਨ ਕਹਿੰਦਾ ਕਿ ਇਹ ਵੱਡ ਖਾਣੀਆਂ ਸੱਸਾਂ ਦੇ ਵਰਗੇ ਹੈ ਇਹ ਭੈੜੀਆਂ ਸੱਸਾਂ ਦੇ ਵਰਗੇ ਆ ਕਹਿੰਦਾ ਇਹ ਸਮਾਜਿਕ ਨਿਯਮ ਆ ਜਿਹੜੇ ਬਣੇ ਹੋਏ ਸਮਾਜ ਦੇ ਨਿਯਮ ਕੀ ਕਹਿ ਰਿਹਾ ਸਮਾਜ ਦਾ ਨਿਯਮ ਕਹਿਣ ਦਾ ਮਤਲਬ ਕਿ ਇਹ ਸ਼ਰੀਕੇ ਵਾਲੇ ਗਵਾਂਢੀ ਕੀ ਕਹਿ ਰਿਹਾ ਕਿ ਕੁੜੀ ਨੂੰ ਕਦੋਂ ਵਿਆਹਣਾ ਉਹਨਾਂ ਦਾ ਇਹ ਹੀ ਸਵਾਲ ਹੈ ਇਹ ਸਮਾਜਿਕ ਕਦਰਾਂ ਕੀਮਤਾਂ ਹੈ ਕਿਸਾਨ ਕਹਿੰਦਾ ਧੀਏ ਕਿਹੜੇ ਨੀ ਪੜੋਲੇ ਵਿੱਚ ਡੱਕ ਲਾਵਾਂ ਤੇਰੀਆਂ ਜਵਾਨ ਸਧਰਾ ਵੱਡ ਖਾਣੀਆਂ ਸੱਸਾਂ ਦਾ ਰੂਪ ਧਾਰ ਰਿਹਾ ਹੈ ਸਾਡੀਆਂ ਸਮਾਜਿਕ ਕਦਰਾਂ ਸਮਾਜ ਦੇ ਨਹੀਂ ਮੈਂ ਕਹਿੰਦੇ ਆ ਵੀ ਕੁੜੀਆਂ ਜਿਹੜੀ ਹੁਣ ਵਿਆਹ ਦੇ ਲਾਇਕ ਹੋ ਗਈ ਆ ਜਵਾਨ ਹੋ ਗਈ ਆ ਹੁਣ ਇਸ ਨੂੰ ਵਿਆਹ ਕੇ ਤੋਰੋ ਇਹ ਸਮਾਜਿਕ ਕਦਰਾਂ ਕੀਮਤਾਂ ਕਿਰਸਾਨ ਕਹਿੰਦਾ ਇਹ ਵੱਡ ਖਾਣੀਆਂ ਸੱਸਾਂ ਦੇ ਵਰਗੀਆਂ ਲੱਗਦੀਆਂ ਕਹਿੰਦਾ ਇਹ ਬਹੁਤ ਭੈੜੀਆਂ ਸਮਾਜਿਕ ਕਦਰਾਂ ਕੀਮਤਾਂ ਤੇ ਇਹ ਕਿਹੜੇ ਨਜ਼ੂਮੀਆਂ ਨੂੰ ਪੁੱਛ ਲਾ ਕਿਉਂ ਚੰਨ ਨੂੰ ਸਰਾਪ ਲੱਗਿਆ ਕਿਹੜੇ ਨਜ਼ੂਮੀ ਨਜ਼ੂਮੀ ਹੁੰਦੇ ਆ ਜੋਤਸ਼ੀ ਜੋਤਸ਼ੀ ਭਾਵ ਭਵਿੱਖ ਦੱਸਣ ਵਾਲੇ ਪਵਿੱਖ ਦੱਸਣ ਵਾਲੇ ਜਿਹੜੇ ਹੁੰਦੇ ਆ ਨਾ ਨਜ਼ੂਮੀ ਜੋਤਸੀ ਪਵਿੱਖ ਦੱਸਣ ਵਾਲੇ ਯਾਦ ਰੱਖਿਆ ਕਰੋ ਸਾਰੇ ਅਰਥਾਂ ਨੂੰ ਇਹਦੇ ਨਾਲ ਗੱਲ ਹੈ ਜਿਹੜੀ ਉਹ ਜਿਆਦਾ ਵਧੀਆ ਤੁਹਾਨੂੰ ਕਲੀਅਰ ਹੁੰਦੀ ਹੈ ਧੀਏ ਕਿਹੜੇ ਨਜ਼ੂਮੀਆਂ ਨੂੰ ਪੁੱਛ ਲਾ ਕਿ ਉਹ ਚੰਨ ਨੂੰ ਸਰਾਪ ਲੱਗਿਆ ਵੀ ਚੰਨ ਨੂੰ ਕਿਉਂ ਸਰਾਪ ਲੱਗਿਆ ਹੋਇਆ ਇਹ ਮੈਂ ਕਿਹੜੇ ਕਿਹੜੇ ਮਤਲਬ ਕੀ ਹੈ ਨਜ਼ੂਮੀਆਂ ਨੂੰ ਕਿਹੜੇ ਜੋਤਸੀਆਂ ਨੂੰ ਪੁੱਛ ਲਾ ਕਿ ਮੇਰੀ ਜਿਹੜੀ ਮਤਲਬ ਉਹ ਜਿਹੜੀ ਬੇਟੀ ਦੇ ਰਿਸ਼ਤੇ ਦੀ ਜਿਹੜੀ ਗੱਲ ਹੈ ਉਹ ਪ੍ਰਵਾਨ ਚੜੇ ਉਹਨੇ ਪਰੇ ਚੜੇ ਉਸ ਦੇ ਬਾਰੇ ਗੱਲ ਕਰ ਰਿਹਾ ਕਵੀ ਕਿ ਉਹ ਚੰਨ ਨੂੰ ਸਰਾਪ ਲੱਗਿਆ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਲਓ ਜੀ ਹੁਣ ਇਹ ਜਿਹੜਾ ਅੰਤਮ ਪੈਰਾ ਜਿਹੜਾ ਇਸ ਕਵਿਤਾ ਦਾ ਇਹਦੇ ਵਿੱਚ ਕਵੀ ਹੈ ਜਿਹੜਾ ਉਹਦੇ ਕ੍ਰਾਂਤੀਕਾਰੀ ਸੁਰ ਹੋ ਗਏ ਆ ਜੀ ਕ੍ਰਾਂਤੀਕਾਰੀ ਸੁਰ ਹੋ ਗਏ ਆ ਪਿੱਛੇ ਤਾਂ ਸਾਰੇ ਉਸਨੇ ਕਿਸਾਨ ਕਿਸਾਨ ਦੇ ਦੁੱਖ ਦੱਸੇ ਆ ਪਿਛਲੀਆਂ ਜਿਹੜੇ ਆਪਾਂ ਜਿੰਨੇ ਵੀ ਪਹਿਰੇ ਪੜੇ ਇਸ ਕਵਤਾ ਦੇ ਉਹਦੇ ਵਿੱਚ ਕਿ ਰਸਾਣ ਦੇ ਦੁੱਖ ਉਹਦੇ ਕਰਜ਼ੇ ਦੀਆਂ ਗੱਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਕਾਰਨ ਕਿ ਰਸਾਣ ਜਿਹੜਾ ਉਹ ਦੁਖੀ ਹੈ ਸਾਰੀਆਂ ਗੱਲਾਂ ਦਸੀਆਂ ਇੱਥੇ ਜੀ ਕ੍ਰਾਂਤੀਕਾਰੀ ਵਿਚਾਰ ਹੋ ਗਏ ਸੁਰ ਬਦਲ ਗਿਆ ਕਵੀ ਦੇ ਕ੍ਰਾਂਤੀਕਾਰੀ ਸੁਰ ਹੋ ਗਏ ਹੈ ਕੀ ਕਹਿੰਦਾ ਕਹਿੰਦਾ ਸੁੱਕੇ ਜਾਣ ਨਾ ਭੋੜਾ ਦਾ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚੰਗਰਾ ਕਹਿੰਦਾ ਵੀ ਸੁੱਕੇ ਨਾ ਜਾਣ ਬੋਲ ਕਣਕ ਦਾ ਢੇਰ ਨੂੰ ਉਸੇ ਨੂੰ ਬੋਲ ਇਹ ਕਿੰਨੀ ਵਾਰੀ ਸ਼ਬਦ ਆ ਗਿਆ ਦੇਖ ਲਓ ਹੁਣ ਨਹੀਂ ਤੁਸੀਂ ਭੁੱਲਣਾ ਇਸ ਨੂੰ ਵੀ ਬੋਲ ਦਾ ਮਤਲਬ ਹੁੰਦਾ ਕਣਕ ਦਾ ਢੇਰ ਮਗਰਾ ਹੁੰਦਾ ਮਗਰਾ ਤੁਹਾਨੂੰ ਬੋਲ ਕੇ ਦੱਸ ਦਿੰਦਾ ਤੁਸੀਂ ਲਿਖ ਲੈਣਾ ਇਹਨੂੰ ਨਾਲ ਹੀ ਮਗਰਾ ਹੁੰਦਾ ਵੀ ਆਪਾਂ ਕਿਸੇ ਚੀਜ਼ ਨੂੰ ਕੱਪੜੇ ਦੇ ਵਿੱਚ ਪਾ ਕੇ ਆਪਣੀ ਪਿੱਠ ਤੇ ਚੱਕ ਲਈਏ ਪਿੱਛੇ ਉਸ ਨੂੰ ਕਿਹਾ ਜਾਂਦਾ ਮਗਰਾ ਸੋ ਮਤਲਬ ਕੱਪੜੇ ਆਦ ਦੇ ਵਿੱਚ ਕਿਸੇ ਚੀਜ਼ ਨੂੰ ਪਾ ਕੇ ਆਪਾਂ ਜਦੋਂ ਪਿੱਠ ਤੇ ਚੱਕਦੇ ਆ ਉਸ ਨੂੰ ਮਗਰਾ ਕਿਹਾ ਜਾਂਦਾ ਕبھی ਕਹਿੰਦਾ ਵੀ ਉਹ ਕਣਕ ਦੇ ਢੇਰ ਨੂੰ ਤੂੰ ਆਪਣੀ ਪਿੱਠ ਤੇ ਚੱਕ ਲੈ ਸੁੱਕੇ ਜਾਣ ਦਾ ਬੋੜਾ ਦਾ ਮਾਰ ਮਗਰਾ ਜੋ ਮਾਰ ਦੇ ਨੇ ਜਾਂਦੇ ਚੰਗਰਾ ਚੰਗਰਾ ਭਾਵ ਹੁੰਦਾ ਚੀਕਾਂ ਮਤਲਬ ਜਿਹੜੀ ਤੇਰੀ ਕਿਰਤ ਕਮਾਈ ਦੀ ਲੁੱਟ ਖਸੁੱਟ ਕਰਨੀ ਚਾਹੁੰਦੇ ਆ ਉਹ ਚੰਗਰਾ ਮਾਰ ਦੇ ਜਾਣ ਕਹਿੰਦਾ ਅੱਜ ਝਖੜਾ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ 'ਚ ਬਰੂਦ ਵਾਂਗਰਾ ਝਖੜ ਜਿਹੜਾ ਹੁੰਦਾ ਨਾ ਜਦੋਂ ਮਤਲਬ ਹਨੇਰੀ ਜਦੋਂ ਮਿੱਟੀ ਕੱਟੇ ਵਾਲੀ ਹਨੇਰੀ ਜਦੋਂ ਚੱਲਦੀ ਹੈ ਉਸ ਨੂੰ ਕਿਹਾ ਜਾਂਦਾ ਝਖੜ ਤੇ ਉਹ ਕਿੰਨੀ ਤਬਾਹੀ ਮਚਾ ਦਿੰਦੀ ਹੈ ਅੱਜ ਝਖੜਾ ਨੇ ਤੂੜੀ ਨੂੰ ਬਖੇਰਿਆ ਹੈ ਖੇਤਾਂ 'ਚ ਬਰੂਦ ਵਾਂਗਰਾ ਉਹ ਜਿਹੜੀ ਖੇਤ ਦੇ ਵਿੱਚ ਤੋੜੀ ਇਕੱਠੀ ਕੀਤੀ ਸੀ ਉਸਨੇ ਖੇਤਾਂ ਦੇ ਵਿੱਚ ਉਸ ਤੋੜੀ ਨੂੰ ਉਸ ਤੋੜੀ ਨੂੰ ਝੱਖੜਨੇ ਖੇਤਾਂ ਦੇ ਵਿੱਚ ਇਸ ਤਰ੍ਹਾਂ ਬਖੇਰ ਦਿੱਤਾ ਜਿਵੇਂ ਬਰੂਦ ਬਖੇਰਿਆ ਹੋਵੇ ਸੋ ਬਰੂਦ ਆ ਜਿਹੜਾ ਇਹ ਕ੍ਰਾਂਤੀ ਦਾ ਜ਼ਿਕਰ ਕਰਦਾ ਹੈ ਜੀ ਬਰੂਦ ਸ਼ਬਦ ਤੋਂ ਭਾਵ ਹੈ ਵੀ ਕ੍ਰਾਂਤੀ ਰਾਜੇ ਹੁਣ ਸਾਡੇ ਆ ਹੀ ਹੱਥਾਂ ਨਹੀਂ ਆ ਚੋਵਣਾ ਜੋ ਮਿਹਨਤਾਂ ਨੂੰ ਮਾਖੋ ਲੱਗਿਆ ਕਹਿਣ ਦਾ ਪਾਵ ਜੋ ਅਸੀਂ ਮਿਹਨਤਾਂ ਕੀਤੀ ਹੈ ਮਤਲਬ ਸਾਡੀ ਮਿਹਨਤਾਂ ਦੇ ਰਾਜੋ ਮਾਖੋ ਲੱਗਿਆ ਸ਼ਹਿਦ ਲੱਗਿਆ ਉਹ ਅਸੀਂ ਆਪ ਹੀ ਚੋਵਣਾ ਹੈ ਇਹ ਸ਼ਾਬਦੀ ਅਰਥ ਹੈ ਇਹਦਾ ਭਾਵ ਅਰਥ ਕੀ ਬਣਦਾ ਵਿਦਿਆਰਥੀਓ ਇਹਦਾ ਭਾਵ ਅਰਥ ਇਹ ਹੈ ਕਿ ਜੋ ਅਸੀਂ ਮਿਹਨਤ ਕੀਤੀ ਹੈ ਉਹਦਾ ਫਲ ਅਸੀਂ ਆਪ ਹੀ ਲਵਾਂਗੇ ਹੁਣ ਹੋਰ ਕੋਈ ਸਾਡੀ ਮਿਹਨਤ ਦੇ ਫਲ ਨੂੰ ਲੁੱਟਕਸੁੱਟ ਕਰਕੇ ਨਹੀਂ ਲਿਜਾ ਸਕਦਾ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਇਹ ਅੰਤ ਦੇ ਵਿੱਚ ਕ੍ਰਾਂਤੀਕਾਰੀ ਸੁਰ ਹੈ ਕਵੀ ਦੇ ਪੂਰੀ ਕਵਿਤਾ ਨੂੰ ਮੈਂ ਇੱਕ ਵਾਰ ਫੇਰ ਪੜ੍ਹ ਦਿੰਨਾ ਹੈ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋੜੀਏ ਟੂੜੀ ਵਿੱਚੋਂ ਪੁੱਤ ਜੱਗਿਆ ਸਾਡੇ ਪੇੜ ਵਿੱਚ ਤੇਰੇ ਗੱਲ ਚੀਥੜੇ ਨਹੀਂ ਮੇਰੀਏ ਜਵਾਨ ਕਣਕੇ ਕਲ ਸ਼ਾਹ ਦੇ ਗੋਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ ਓ ਮੇਰੇ ਬੇਜ਼ੁਬਾਨ ਟੱਗਿਆ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਸਾਡਾ ਕੁਟੀ-ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾਗੀ ਹੱਡ ਖਾਰ ਕੇ ਬੋਲੇ ਬੈਂਕ ਦੀ ਤਕਾਵੀ ਬਹੀ ਅੰਦਰੋਂ ਬੋਲ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜਾ ਇਹ ਨਾ ਮਾਰਿਆ ਕਿ ਸਦਰਾਂ ਨੂੰ ਲਾਂਬੂ ਲੱਗਿਆ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਲਾ ਵਿੱਚੋਂ ਨੀਰ ਵਗਿਆ ਧੀਏ ਕਿਹੜੇ ਨਿਪੜੋਲੇ ਵਿੱਚ ਡੱਕਲਾਂ ਮੈਂ ਤੇਰੀਆਂ ਜਵਾਨ ਸਦਰਾਂ ਵੱਡ ਖਾਣੀਆਂ ਸੱਸਾਂ ਦਾ ਰੂਪ ਧਾਰਿਆ ਹੈ ਸਾਡੀਆਂ ਸਮਾਜੀ ਕਦਰਾਂ ਇਹ ਕਿਹੜੇ ਨਜ਼ੂਮੀਆਂ ਨੂੰ ਪੁੱਛ ਲਾਂ ਕਿਉ ਚੰਨ ਨੂੰ ਸਰਾਪ ਲੱਗਿਆ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਬੋੜਾ ਵਿੱਚੋਂ ਨੀਰ ਵਗਿਆ ਸੁੱਕੇ ਜਾਣ ਦਾ ਬੋੜਾਂ ਦਾ ਮਾਰ ਮਗਰਾ ਜੋ ਮਾਰਦੇ ਨਹੀਂ ਜਾਂਦੇ ਚੰਗਰਾ ਅੱਜ ਛਖੜਾ ਨੇ ਤੂੜੀ ਨੂੰ ਬਖੇਰਿਆ ਹੈ ਖੇਤਾ 'ਚ ਬਰੂਦ ਵਾਂਗਰਾ ਹੁਣ ਸਾਡੇ ਆ ਹੀ ਹੱਥਾਂ ਨਹੀਂ ਹੈ ਚੋਵਣਾ ਜੋ ਮੇਰ ਤਾਂ ਨੂੰ ਮਾਖੋ ਲੱਗਿਆ ਗੜ ਲੱਗ ਕੇ ਸੀਰੀ ਦੇ ਜੱਟ ਹੋਵੇ ਬੋੜਾ ਵਿੱਚੋਂ ਨੀਰ ਵਗਿਆ ਸੋ ਪਿਆਰੇ ਵਿਦਿਆਰਥੀਓ ਇਹ ਕਵਤਾ ਜਿਹੜੀ ਇਹ ਆਪਣੀ ਸਮਾਪਤ ਹੋ ਚੁੱਕੀ ਆ ਜੀ ਸੋ ਅਗਲਾ ਇਹ ਜਿਹੜਾ ਆਪਣਾ ਪਾਠ ਹੈ ਜਿਹੜਾ ਸੰਤਰਾ ਉਦਾਸੀ ਵਾਲਾ ਇਹ ਦੋ ਕਵਤਾ ਸਗੀਆਂ ਦੋਨੇ ਆਪਾਂ ਸਮਾਪਤ ਹੋ ਚੁੱਕੀਆਂ ਜੀ ਅਗਲਾ ਪਾਠ ਲੈ ਕੇ ਜਲਦੀ ਤੁਹਾਡੇ ਸਾਹਮਣੇ ਆਉਣਾ ਹੈ ਜੀ ਸਤਿ ਸ਼੍ਰੀ ਅਕਾਲ